ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ 20 ਅਕਤੂਬਰ ਦਿਨ ਵੀਰਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਾਨਮੀ ਦੀ ਜਾਣਕਾਰੀ, ਵੱਖ ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖ਼ਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪੌਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖ਼ਬਰਾਂ ਨੂੰ ਸਪੌਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ। ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 ਤੇ। ਇਸ ਦੇ ਨਾਲ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਜੀ ਕਲੋਵਿਸ ਤੋਂ ਅਤੇ ਗਿਆਨ ਸਿੰਘ ਨਾਗਰਾ ਜੀ ਸੈਨ ਹੋਜ਼ੇ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪੌਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408-722-9698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਪਹਿਲਾਂ ਚੋਣਵੀਆਂ ਖਬਰਾਂ। ਤੀਸਰੀ ਪ੍ਰੈਜ਼ੀਡੈਂਸ਼ੀਅਲ ਡਿਬੇਟ ਤੋਂ ਬਾਅਦ ਹਿਲਰੀ ਕਲਿੰਟਨ ਅਤੇ ਡੋਨਲਡ ਟਰੰਪ ਇੱਕ ਫੰਡਰੇਜ਼ਿੰਗ ਦੇ ਵਿੱਚ ਪਹੁੰਚੇ। ਓਕਲਾਹੋਮਾ ਦੇ ਵਿੱਚ ਇੱਕ ਟੀਚਰ ਨੇ ਸਟੂਡੈਂਟਸ ਨੂੰ ਕਿਹਾ ਕਿ ਸਾਰੇ ਵਾਈਟ ਲੋਕ ਰੇਸਿਸਟ ਹੁੰਦੇ ਹਨ। ਟੈਨਿਸੀ ਦੇ ਵਿੱਚ 20 ਸਾਲ ਬਾਅਦ ਪਹਿਲਾ ਨਵਾਂ ਨਿਊਕਲੀਅਰ ਰਿਐਕਟਰ ਲਾਈਵ। ਜੌਨ ਕੈਰੀ ਨੇ ਹੌਟੀ ਨੂੰ ਸੀਜ਼ ਫਾਇਰ ਦਾ ਸਨਮਾਨ ਕਰਨ ਦੇ ਲਈ ਕਿਹਾ। ਮਲਵਾਕੀ ਦੇ ਵਿੱਚ ਪੁਲਿਸ ਅਫਸਰ ਦੇ ਉੱਤੇ ਲੱਗੇ ਸ਼ੂਟਿੰਗ ਅਤੇ ਸੈਕਸੁਅਲ ਅਸਾਲਟ ਦੇ ਦੋਸ਼। ਓਬਾਮਾ ਪ੍ਰਸ਼ਾਸਨ ਫਿਲੀਪੀਨਸ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਅੰਡਰਮਾਈਨ ਕਰਨ ਦੀ ਤਿਆਰੀ ਕਰ ਰਿਹਾ ਹੈ। ਸੈਨੋਜ਼ੇ ਦੇ ਵਿੱਚ ਇੱਕ ਹੋਏ ਐਕਸੀਡੈਂਟ ਦੇ ਕਾਰਨ ਸਾਊਥ ਸਨੋਜ਼ੇ ਦੇ ਵਿੱਚ 3000 ਘਰਾਂ ਦੀ ਪਾਵਰ ਆਊਟੇਜ। ਹੁਣ ਖਬਰਾਂ ਵਿਸਥਾਰ ਦੇ ਨਾਲ। ਕੱਲ੍ਹ ਹੋਈ ਪ੍ਰੈਜ਼ੀਡੈਂਸ਼ੀਅਲ ਡਿਬੇਟ ਤੋਂ ਬਾਅਦ ਦੋਨੇ ਉਮੀਦਵਾਰ ਹਿਲਰੀ ਕਲਿੰਟਨ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਇੱਕ ਫੰਡਰੇਜ਼ਿੰਗ ਦੇ ਉੱਤੇ ਫਿਰ ਇਕੱਠਾ ਹੋਏ, ਜਿੱਥੇ ਦੋਨਾਂ ਨੇ ਕੁਝ ਹੀ ਸੀਟਾਂ ਦੇ ਫਾਸਲੇ ਦੇ ਉੱਤੇ ਬੈਠ ਕੇ ਇਹ ਫੰਡਰੇਜ਼ਿੰਗ ਅਟੈਂਡ ਕੀਤੀ। ਇਹ ਫੰਡਰੇਜ਼ਿੰਗ ਨਿਊਯਾਰਕ ਦੇ ਵਿੱਚ ਇੱਕ ਕੈਥੋਲਿਕ ਚੈਰਿਟੀ ਦੇ ਨਾਲ ਕਨੈਕਟਡ ਸੀ। ਸਾਲਾਂ ਤੋਂ ਇਹ ਟ੍ਰੈਡੀਸ਼ਨ ਬਣਿਆ ਹੋਇਆ ਹੈ ਕਿ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਇਹ ਫੰਡਰੇਜ਼ਿੰਗ ਅਟੈਂਡ ਕਰਦੇ ਹਨ। ਇਸ ਵਾਰ ਵੀ ਇਸ ਦੇ ਵਿੱਚ ਕੁਝ ਵੱਖਰਾ ਨਹੀਂ ਹੋਇਆ ਅਤੇ ਦੋਨੇ ਉਮੀਦਵਾਰਾਂ ਨੇ ਇਹ ਫੰਡਰੇਜ਼ਿੰਗ ਅਟੈਂਡ ਕੀਤੀ। ਹਾਲਾਂਕਿ ਇਸ ਫੰਡਰੇਜ਼ਿੰਗ ਦੇ ਵਿੱਚ ਦੋਨੇ ਉਮੀਦਵਾਰ ਇੱਕ ਦੂਸਰੇ ਦੇ ਉੱਤੇ ਚੁਟਕਲੇ ਸੁਣਾਉਂਦੇ ਹੋਏ ਤੇ ਇੱਕ ਦੂਸਰਿਆਂ ਦੇ ਚੁਟਕਲਿਆਂ ਦੇ ਉੱਤੇ ਹੱਸਦੇ ਹੋਏ ਜ਼ਰੂਰ ਨਜ਼ਰ ਆਏ। ਇੱਕ ਮਜ਼ਾਕੀਆ ਢੰਗ ਦੇ ਨਾਲ ਇੱਕ ਦੂਸਰੇ ਨੂੰ ਦੋਨੇ ਪੁਆਇੰਟ ਆਊਟ ਕਰ ਰਹੇ ਸਨ ਅਤੇ ਉਸ ਗੱਲ ਦੇ ਉੱਤੇ ਹੱਸ ਵੀ ਰਹੇ ਸਨ। ਰਿਪੋਰਟ ਦੇ ਮੁਤਾਬਿਕ ਇਸ ਫੰਡਰੇਜ਼ਿੰਗ ਮੀਟਿੰਗ ਤੋਂ ਬਾਅਦ ਦੇ ਵਿੱਚ ਦੋਨਾਂ ਉਮੀਦਵਾਰਾਂ ਨੇ ਆਪਸ ਦੇ ਵਿੱਚ ਹੱਥ ਵੀ ਮਿਲਾਇਆ ਤੇ ਗੱਲਬਾਤ ਕੀਤੀ। ਡੋਨਲਡ ਟਰੰਪ ਨੇ ਮਿਲਾਨੀਆ ਟਰੰਪ ਦਾ ਮਜ਼ਾਕ ਉਡਾਉਂਦੇ ਹੋਏ ਵੀ ਕਿਹਾ ਕਿ 2008 ਦੇ ਵਿੱਚ ਜਿਸ ਸਪੀਚ ਜੋ ਕਿ ਮਿਸ਼ੇਲ ਓਬਾਮਾ ਨੇ ਦਿੱਤੀ ਸੀ, ਉਸ ਸਪੀਚ ਤੇ ਲੋਕਾਂ ਨੇ ਉਸਦੀ ਕਾਫੀ ਤਾਰੀਫ ਕੀਤੀ, ਪਰ ਉਹੀ ਸੇਮ ਸਪੀਚ ਜਦੋਂ ਮਿਲਾਨੀਆ ਟਰੰਪ ਨੇ ਦਿੱਤੀ ਤਾਂ ਉਸਦਾ ਲੋਕਾਂ ਨੇ ਵਿਵਾਦ ਬਣਾਇਆ। ਸੋ ਡੋਨਲਡ ਟਰੰਪ ਨੇ ਮਜ਼ਾਕੀਆ ਢੰਗ ਦੇ ਨਾਲ ਆਪਣੀ ਪਤਨੀ ਮਿਲਾਨੀਆ ਟਰੰਪ ਦੇ ਉੱਤੇ ਹੀ ਤੰਜ ਕਸਿਆ। ਓਕਲਾਹੋਮਾ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਨਜ਼ਰ ਆ ਰਿਹਾ ਕਿ ਇੱਕ ਟੀਚਰ ਸਟੂਡੈਂਟ ਨੂੰ ਦੱਸ ਰਿਹਾ ਹੈ ਕਿ ਸਾਰੇ ਵਾਈਟ ਪਲ ਰੇਸਿਸਟ ਹੁੰਦੇ ਹਨ। ਨੋਰਮਨ ਓਕਲਾਹੋਮਾ ਹਾਈ ਸਕੂਲ ਦੇ ਵਿੱਚ ਇੱਕ ਸਟੂਡੈਂਟ ਨੇ ਇੱਕ ਵੀਡੀਓ ਕੈਪਚਰ ਕੀਤੀ ਜਿੱਥੇ ਕਿ ਟੀਚਰ ਸਟੂਡੈਂਟਸ ਨੂੰ ਇਹ ਦੱਸ ਰਿਹਾ ਸੀ। ਇਸ ਰਿਕਾਰਡਿੰਗ ਦੇ ਵਿੱਚ ਟੀਚਰ ਕਹਿ ਰਿਹਾ ਕਿ ਜੇਕਰ ਤੁਸੀਂ ਵਾਈਟ ਹੋ, ਇਸਦਾ ਮਤਲਬ ਤੁਸੀਂ ਰੇਸਿਸਟ ਵੀ ਹੋ। ਸਟੂਡੈਂਟ ਨੇ ਕਿਹਾ ਕਿ ਉਸ ਕਲੇਮ ਤੋਂ ਕਾਫੀ ਜ਼ਿਆਦਾ ਓਫੈਂਡ ਹੋਇਆ ਹੈ। ਟੀਚਰ ਦੇ ਲੈਕਚਰ ਤੋਂ ਬਾਅਦ ਉਸਨੇ ਵੀਡੀਓ ਕੰਟੀਨਿਊ ਰੱਖੀ ਅਤੇ ਬਾਅਦ ਦੇ ਵਿੱਚ ਆਪਣਾ ਫੇਸ ਦੇ ਉੱਤੇ ਕੈਮਰਾ ਕਰਦੇ ਹੋਏ ਉਸਨੇ ਕਿਹਾ ਕਿ ਕੀ ਤੁਹਾਨੂੰ ਮੈਂ ਰੇਸਿਸਟ ਲੱਗ ਰਿਹਾ ਹਾਂ। ਸੋ ਇਹ ਵੀਡੀਓ ਹੁਣ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਇਸ ਤੋਂ ਬਾਅਦ ਦੇ ਵਿੱਚ ਸਕੂਲ ਸੁਪਰਿਟੈਂਡੈਂਟ ਵੱਲੋਂ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਜਿਸ ਦੇ ਵਿੱਚ ਦੱਸਿਆ ਗਿਆ ਕਿ ਰੇਸਿਜ਼ਮ ਇੱਕ ਬਹੁਤ ਜ਼ਿਆਦਾ ਮਹੱਤਵਪੂਰਨ ਟੌਪਿਕ ਹੈ ਜੋ ਕਿ ਸਕੂਲਾਂ ਦੇ ਵਿੱਚ ਡਿਸਕਸ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਟੀਚਰ ਤੋਂ ਅਣਜਾਣੇ 'ਚੋਂ ਇਹ ਟੌਪਿਕ ਡਿਸਕਸ ਕਰਦੇ ਹੋਏ ਆਫ ਦਾ ਟਰੈਕ ਗੱਲ ਹੋ ਗਈ, ਜਿਸ ਦੇ ਲਈ ਉਹ ਮਾਫ਼ੀ ਮੰਗ ਰਹੇ ਹਨ। ਟੈਨਿਸੀ ਦੇ ਵਿੱਚ 20 ਸਾਲ ਬਾਅਦ US ਦਾ ਪਹਿਲਾ ਨਵਾਂ ਨਿਊਕਲੀਅਰ ਰਿਐਕਟਰ ਲਾਈਵ ਹੋਇਆ। 43 ਸਾਲ ਇਸ ਦੇ ਬਣ ਨੂੰ ਲੱਗੇ ਅਤੇ ਵਾਟਸ ਬਾਰ ਨਿਊਕਲੀਅਰ ਪਲਾਂਟ ਹੁਣ ਬਣ ਕੇ ਤਿਆਰ ਹੋ ਗਿਆ ਹੈ। 1973 ਦੇ ਵਿੱਚ TVA, ਜੋ ਕਿ ਅਮਰੀਕਾ ਦਾ ਸਭ ਤੋਂ ਵੱਡਾ ਪਬਲਿਕ ਪਾਵਰ ਪ੍ਰੋਵਾਈਡਰ ਹੈ, ਉਸਨੇ 2 ਰਿਐਕਟਰ ਬਣਾਉਣੇ ਸ਼ੁਰੂ ਕੀਤੇ ਅਤੇ ਉਸਨੇ ਕਿਹਾ ਕਿ ਇਹ 2 ਰਿਐਕਟਰ 1.3 ਮਿਲੀਅਨ ਘਰਾਂ ਨੂੰ ਰੋਸ਼ਨ ਕਰਨਗੇ। ਪਹਿਲਾ ਰਿਐਕਟਰ ਜੋ ਕਿ ਬਣ ਕੇ ਤਿਆਰ ਹੋਇਆ ਸੀ 1996 ਦੇ ਵਿੱਚ, ਇਸ ਦੇ ਵਿੱਚ ਕਈ ਫਲਾਜ਼ ਦੇਖਣ ਨੂੰ ਮਿਲੇ। ਉਸ ਤੋਂ ਬਾਅਦ ਦੇ ਵਿੱਚ ਬਿਲੀਅਨਜ਼ ਆਫ ਡਾਲਰ ਖਰਚਣ ਤੋਂ ਬਾਅਦ ਇਹ ਹੁਣ ਦੂਸਰਾ ਰਿਐਕਟਰ ਸਟਾਰਟ ਹੋ ਗਿਆ ਹੈ। TVA ਦੇ ਪ੍ਰੈਜ਼ੀਡੈਂਟ ਬਿਲ ਜੌਨਸਨ ਨੇ ਇਹਨਾਂ ਦੋਨਾਂ ਰਿਐਕਟਰਸ ਦੇ ਸਾਹਮਣੇ ਖੜੇ ਹੋ ਕੇ ਇਹ ਅਨਾਊਂਸ ਕੀਤਾ ਕਿ 20 ਸਾਲਾਂ ਬਾਅਦ US ਦਾ ਕੋਈ ਵੀ ਰਿਐਕਟਰ ਕਮਰਸ਼ੀਅਲ ਓਪਰੇਸ਼ਨ ਦੇ ਵਿੱਚ ਐਂਟਰ ਕੀਤਾ ਹੈ। ਉਹਨਾਂ ਨੇ ਕਿਹਾ ਕਿ ਉਹ ਕਲੀਨ ਅਤੇ ਚੀਪ ਐਨਰਜੀ ਦੇਣ ਦੇ ਲਈ ਪ੍ਰਤੀਬੱਧ ਹਨ ਅਤੇ ਅਜਿਹਾ ਕਰਦੇ ਰਹਿਣਗੇ।
ਸੈਕਟਰੀ ਆਫ ਸਟੇਟ ਜੌਨ ਕੈਰੀ ਨੇ ਯਮਨ ਦੇ ਅੱਤਵਾਦੀਆਂ ਦੇ ਨਾਲ ਸੰਘਰਸ਼ ਵਿਰਾਮ ਦਾ ਸਨਮਾਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਊਦੀ ਅਰਬ ਨੂੰ ਰਾਕੇਟ ਹਮਲਿਆਂ ਤੋਂ ਮੁਕਤ ਹੋਣ ਦਾ ਅਧਿਕਾਰ ਹੈ। ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਅਦੇਲ ਅਲ ਜੁਬੈਰ ਨਾਲ ਮੁਲਾਕਾਤ ਮਗਰੋਂ ਕੈਰੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਅਮਰੀਕਾ ਅੱਤਵਾਦ ਵਿਰੁੱਧ ਨਿਆਂ ਜਾਸਟਾ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਨ ਦੇ ਤਰੀਕਿਆਂ ਤੇ ਚਰਚਾ ਕਰਨਗੇ। ਜਾਸਟਾ ਤਹਿਤ ਅਮਰੀਕਾ 'ਚ ਹੋਏ ਅੱਤਵਾਦੀ ਸਰਗਰਮੀਆਂ 'ਚ ਮਾਰੇ ਗਏ ਅਮਰੀਕੀ ਲੋਕਾਂ ਦੇ ਪਰਿਵਾਰ ਨੂੰ ਉਨ੍ਹਾਂ ਦੇ ਦੇਸ਼ ਖਿਲਾਫ਼ ਮੁਕੱਦਮਾ ਚਲਾਉਣ ਅਤੇ ਉਨ੍ਹਾਂ ਤੋਂ ਮੁਆਵਜ਼ਾ ਮੰਗਣ ਦਾ ਹੱਕ ਮਿਲਦਾ ਹੈ ਜੋ ਇਸ ਹਮਲੇ ਦੇ ਲਈ ਜ਼ਿੰਮੇਵਾਰ ਹਨ। ਹਾਲਾਂਕਿ ਜਾਸਟਾ ਦਾ ਕਾਫ਼ੀ ਭਾਰੀ ਵਿਰੋਧ ਸਾਊਦੀ ਅਰਬ ਦੇ ਵੱਲੋਂ ਕੀਤਾ ਗਿਆ ਅਤੇ ਰਾਸ਼ਟਰਪਤੀ ਬਰਾਕ ਓਬਾਮਾ ਵੀ ਜਾਸਟਾ ਨੂੰ ਪਾਸ ਕਰਨ ਦੇ ਹੱਕ ਦੇ ਵਿੱਚ ਨਹੀਂ ਸਨ। ਅਤੇ ਜਦੋਂ ਜਾਸਟਾ ਹਾਊਸ ਅਤੇ ਸੈਨੇਟ ਦੇ ਵਿੱਚ ਪਾਸ ਹੋ ਕੇ ਵਾਈਟ ਹਾਊਸ ਪਹੁੰਚਿਆ ਸੀ ਤਾਂ ਉਸ ਸਮੇਂ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ ਬਿੱਲ ਦੇ ਉੱਤੇ ਵੀਟੋ ਲਾ ਦਿੱਤੀ ਸੀ ਅਤੇ ਇਸ ਨੂੰ ਰਿਜੈਕਟ ਕਰ ਦਿੱਤਾ ਸੀ। ਬਾਅਦ ਦੇ ਵਿੱਚ ਹਾਊਸ ਅਤੇ ਸੈਨੇਟ ਨੇ ਰਾਸ਼ਟਰਪਤੀ ਬਰਾਕ ਓਬਾਮਾ ਦੀ ਵੀਟੋ ਨੂੰ ਓਵਰਟਰਨ ਕਰਦੇ ਹੋਏ ਜਾਸਟਾ ਨੂੰ ਪਾਸ ਕੀਤਾ। ਮਿਲਵਕੀ ਦੇ ਵਿੱਚ ਇੱਕ ਪੁਲਿਸ ਅਫਸਰ ਜੋ ਕਿ ਅਫਰੀਕਨ ਅਮਰੀਕਨ ਵਿਅਕਤੀ ਦੀ ਸ਼ੂਟਿੰਗ ਦੇ ਵਿੱਚ ਇਨਵੋਲਵ ਸੀ ਉਸਨੂੰ ਫੈਟਲ ਸ਼ੂਟਿੰਗ ਅਤੇ ਸੈਕਸੁਅਲ ਅਸਾਲਟ ਦੇ ਚਾਰਜਸ ਦੇ ਤਹਿਤ ਦੋਸ਼ ਲਾਏ ਗਏ ਹਨ। ਮਿਲਵਕੀ ਦੇ ਵਿੱਚ ਹੋਈ ਸ਼ੂਟਿੰਗ ਦੀ ਘਟਨਾ ਜਿਸ ਦੇ ਕਰਕੇ ਅਗਸਤ ਮਹੀਨੇ ਦੇ ਵਿੱਚ ਕਾਫ਼ੀ ਹਿੰਸਾ ਵੀ ਮਿਲਵਕੀ ਦੇ ਵਿੱਚ ਹੋਈ ਸੀ ਜਿਸ ਦੇ ਵਿੱਚ ਕਾਫ਼ੀ ਬਿਜ਼ਨਸ ਸਥਾਨਾਂ ਨੂੰ ਵੀ ਅੱਗ ਲਾਈ ਗਈ ਸੀ। ਹੈਗਨ ਬਰਾਊਨ ਜਿਸਦੀ ਕਿ ਉਮਰ 24 ਸਾਲ ਉਸਨੂੰ 2 ਫੈਲਨੀ ਚਾਰਜਸ ਜਿਸ ਦੇ ਵਿੱਚ ਸੈਕਸੁਅਲ ਡਿਗਰੀ ਅਸਾਲਟ ਦਾ ਵੀ ਚਾਰਜ ਲਾਇਆ ਗਿਆ ਹੈ ਅਤੇ ਇਸ ਦੇ ਨਾਲ ਨਾਲ ਉਸਦੇ ਉੱਤੇ ਸੈਲਵੇਲੇ ਸਮਿਥ ਜਿਸਦੀ ਕਿ ਉਮਰ 23 ਸਾਲ ਸੀ ਉਸਨੂੰ ਮਾਰਨ ਦਾ ਆਰੋਪ ਵੀ ਉਸਦੇ ਉੱਤੇ ਲਾਇਆ ਗਿਆ ਹੈ। ਦੱਸਿਆ ਜਾ ਰਿਹਾ ਕਿ ਇਹ ਅਸਾਲਟ ਹੋਣ ਤੋਂ ਬਾਅਦ ਦੇ ਵਿੱਚ ਹੇਗਨ ਬਰਾਊਨ ਨੇ ਆਪਣੇ ਸਾਥੀ ਪੁਲਿਸ ਸਰਜੈਂਟ ਜੋਸੇਫ ਹੌਲ ਨੂੰ ਟੈਕਸਟ ਕੀਤਾ ਅਤੇ ਕਿਹਾ ਕਿ ਉਸਨੂੰ ਉਸਦੀ ਮਦਦ ਦੀ ਲੋੜ ਹੈ ਕਿਉਂਕਿ ਉਹ ਬੁਰਾ ਫਸਦਾ ਹੋਇਆ ਨਜ਼ਰ ਆ ਰਿਹਾ ਹੈ। ਹੁਣ ਉਸਦੇ ਉੱਤੇ ਇਹਨਾਂ ਦੋਨਾਂ ਇਲਜ਼ਾਮਾਂ ਦੇ ਤਹਿਤ ਮੁਕੱਦਮਾ ਚਲਾਇਆ ਜਾਏਗਾ। ਓਬਾਮਾ ਐਡਮਿਨਿਸਟ੍ਰੇਸ਼ਨ ਦੇ ਕੋਲ ਕੁਝ ਚੰਗੀਆਂ ਆਪਸ਼ਨ ਹੀ ਬਚੀਆਂ ਹਨ ਜਿਸ ਦੇ ਤਹਿਤ ਉਹ ਫਿਲੀਪੀਨ ਦੇ ਰਾਸ਼ਟਰਪਤੀ ਰੋਡਰੀਗੋ ਡਿਊਟਰੇਟ ਨੂੰ ਜਵਾਬ ਦੇ ਸਕਦੇ ਹਨ। ਫਿਲੀਪੀਨ ਦੇ ਰਾਸ਼ਟਰਪਤੀ ਰੋਡਰੀਗੋ ਡਿਊਟਰੇਟ ਜਦੋਂ ਤੋਂ ਸੱਤਾ ਦੇ ਵਿੱਚ ਆਏ ਹਨ ਉਸ ਤੋਂ ਬਾਅਦ ਹੀ ਅਮਰੀਕਾ ਅਤੇ ਫਿਲੀਪੀਨ ਦੇ ਪੁਰਾਣੇ ਅਲਾਇੰਸ ਨੂੰ ਖਤਰਾ ਪੈਦਾ ਹੋਣ ਲੱਗ ਗਿਆ ਅਤੇ ਫਿਲੀਪੀਨ ਦੇ ਰਾਸ਼ਟਰਪਤੀ ਰੋਡਰੀਗੋ ਡਿਊਟਰੇਟ ਚਾਈਨਾ ਦੇ ਜ਼ਿਆਦਾ ਕਰੀਬ ਹੁੰਦੇ ਜਾ ਰਹੇ ਹਨ। ਰੋਡਰੀਗੋ ਡਿਊਟਰੇਟ ਜੋ ਕਿ ਅਮੈਰੀਕਨਸ ਦੀ ਕਾਫ਼ੀ ਇਨਸਲਟ ਕਰਦੇ ਹੋਏ ਵੀ ਮੀਡੀਆ ਦੇ ਵਿੱਚ ਨਜ਼ਰ ਆਉਂਦੇ ਹਨ ਅਤੇ ਉਨ੍ਹਾਂ ਨੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਖਿਲਾਫ਼ ਵੀ ਕਾਫ਼ੀ ਪੱਧਰ ਪਣੀਆਂ ਵਰਤੀਆਂ। ਦੱਸਿਆ ਜਾ ਰਿਹਾ ਕਿ ਓਬਾਮਾ ਐਡਮਿਨਿਸਟ੍ਰੇਸ਼ਨ ਹਜੇ ਤੱਕ ਫਿਲੀਪੀਨ ਦੇ ਵੱਲੋਂ ਆ ਰਹੇ ਇਸ ਰਿਸਪੌਂਸ ਨੂੰ ਨਜ਼ਰਅੰਦਾਜ਼ ਕਰ ਰਹੀ ਸੀ ਪਰ ਹੁਣ US ਇਸ ਨੂੰ ਗੰਭੀਰਤਾ ਦੇ ਨਾਲ ਦੇਖਦੇ ਹੋਏ ਇਸ ਦੇ ਉੱਤੇ ਅਗਲੇ ਕਦਮ ਚੱਕਣ ਦੀ ਤਿਆਰੀ ਕਰ ਰਿਹਾ ਹੈ। US ਦੇ ਇੱਕ ਓਫਿਸ਼ੀਅਲ ਨੇ ਬਿਨਾਂ ਨਾਮ ਲਏ ਜਾਣ ਦੀ ਸ਼ਰਤ ਤੇ ਦੱਸਿਆ ਕਿ US ਐਡਮਿਨਿਸਟ੍ਰੇਸ਼ਨ ਦੇ ਵਿੱਚ ਅੰਦਰ ਖਾਤੇ ਕਈ ਮਹੀਨਿਆਂ ਤੋਂ ਇਹ ਡਿਬੇਟ ਚੱਲ ਰਹੀ ਹੈ ਕਿ ਕਿਸ ਤਰ੍ਹਾਂ ਰੋਡਰੀਗੋ ਡਿਊਟਰੇਟ ਦੀ ਸਰਕਾਰ ਨੂੰ ਕ੍ਰਿਟੀਸਾਈਜ਼ ਕੀਤਾ ਜਾਏ ਅਤੇ ਹਿਊਮਨ ਰਾਈਟ ਦੇ ਮੁੱਦਿਆਂ ਦੇ ਤਹਿਤ ਉਸ ਨੂੰ ਕਿਸ ਤਰ੍ਹਾਂ ਵਰਲਡ ਲੈਵਲ ਦੇ ਉੱਤੇ ਥੱਲੇ ਵਿਖਾਇਆ ਜਾਵੇ। ਨਾਟੋ ਦੀਆਂ ਫੋਰਸਿਸ ਅਫਗਾਨਿਸਤਾਨ ਦੇ ਵਿੱਚ ਅਫਗਾਨ ਟਰੁੱਪਸ ਨੂੰ ਇਹ ਖਲਾਈ ਦੇ ਰਹੇ ਹਨ ਕਿ ਕਿਸ ਤਰ੍ਹਾਂ ਉਹ ਆਪਣੇ ਹਮਲੇ ਹੋਰ ਸਿੱਧੇ ਅਤੇ ਤਿੱਖੇ ਕਰ ਸਕਦੇ ਹਨ ਅਤੇ ਨਾਟੋ ਨੇ ਅਫਗਾਨਿਸਤਾਨ ਦੇ ਇਹਨਾਂ ਸੁਰੱਖਿਆ ਬਲਾਂ ਨੂੰ ਇਹ ਟ੍ਰੇਨਿੰਗ ਵੀ ਦਿੱਤੀ ਕਿ ਜਦੋਂ ਏਅਰਕ੍ਰਾਫਟ 'ਤੇ ਫਲਾਈ ਕਰ ਰਹੇ ਹੋਣ ਤਾਂ ਕਿਸ ਤਰ੍ਹਾਂ ਗਰਾਊਂਡ ਟਾਰਗੇਟਸ ਨੂੰ ਨਸ਼ਟ ਕੀਤਾ ਜਾਂਦਾ ਹੈ। ਦੱਸਿਆ ਜਾ ਰਿਹਾ ਕਿ ਇਹ ਸਿਖਲਾਈ ਉਹਨਾਂ ਨੂੰ ਕੁਝ ਮਹੀਨਿਆਂ ਦੇ ਵਿੱਚ ਸਿਵਲੀਅਨ ਕੈਜੁਅਲਿਟੀ ਵਧਣ ਕਰਕੇ ਦਿੱਤੀ ਜਾ ਰਹੀ ਹੈ ਜਿਸ ਦੇ ਵਿੱਚ ਅੱਤਵਾਦੀਆਂ ਨੂੰ ਮਾਰਨ ਦੇ ਸਮੇਂ ਕਈ ਸਿਵਲੀਅਨ ਕੈਜੁਅਲਿਟੀਜ਼ ਸਾਹਮਣੇ ਆ ਰਹੀਆਂ ਹਨ ਕਿਉਂਕਿ ਗਰਾਊਂਡ ਲੈਵਲ ਦੇ ਉੱਤੇ ਕੰਮ ਕਰ ਰਹੇ ਅਫਗਾਨ ਟਰੁੱਪਸ ਨੂੰ ਸਹੀ ਤਰ੍ਹਾਂ ਟ੍ਰੇਨਿੰਗ ਨਹੀਂ ਮਿਲੀ ਹੁੰਦੀ ਅਤੇ ਉਹ ਲਾਪਰਵਾਹੀ ਜਾਂ ਫਿਰ ਕੋਈ ਗਲਤੀ ਕਰ ਜਾਂਦੇ ਹਨ ਜਿਸ ਦੇ ਕਾਰਨ ਆਮ ਸਿਵਲ ਲੋਕ ਮਾਰੇ ਜਾਂਦੇ ਹਨ। ਦੱਸਿਆ ਜਾ ਰਿਹਾ ਕਿ ਤਕਰੀਬਨ 60 ਸਟੂਡੈਂਟਸ ਨੂੰ ਇਸ ਦੀ ਟ੍ਰੇਨਿੰਗ ਦਿੱਤੀ ਗਈ ਜੋ ਕਿ ਬਾਅਦ ਦੇ ਵਿੱਚ ਹੋਰ ਨੌਜਵਾਨਾਂ ਨੂੰ ਟ੍ਰੇਨਿੰਗ ਦੇਣਗੇ। ਨਾਟੋ ਦੇ ਅਲਾਈਜ਼ ਨੇ ਕਿਹਾ ਹੈ ਕਿ ਹਾਲਾਂਕਿ ਇਹ ਇੱਕ ਸਲੋਅ ਸ਼ੁਰੂਆਤ ਹੈ ਪਰ ਇਹ ਕਾਫ਼ੀ ਜ਼ਿਆਦਾ ਜ਼ਰੂਰੀ ਹੈ ਅਤੇ ਹੌਲੀ ਹੌਲੀ ਇਸ ਦੇ ਵਿੱਚ ਤੇਜ਼ੀ ਲਿਆ ਕੇ ਇਸ ਨੂੰ ਛੇਤੀ ਤੋਂ ਛੇਤੀ ਪੂਰੀਆਂ ਸੁਰੱਖਿਆ ਫੋਰਸਿਸ ਨੂੰ ਟ੍ਰੇਨ ਕੀਤਾ ਜਾਏਗਾ। ਇੱਕ ਟੀਨੇਜਰ ਡਰਾਈਵਰ ਨੇ ਟਰੱਕ ਪਾਵਰ ਪੋਲ ਦੇ ਵਿੱਚ ਮਾਰ ਦਿੱਤਾ ਜਿਸ ਤੋਂ ਬਾਅਦ ਦੇ ਵਿੱਚ ਸਾਊਥ ਸੈਨੋਜ਼ੇ ਦੇ ਵਿੱਚ 3000 ਘਰ ਪਾਵਰ ਆਊਟੇਜ ਦੇ ਨਾਲ ਪ੍ਰਭਾਵਿਤ ਹੋਏ। ਪੁਲਿਸ ਨੇ ਦੱਸਿਆ ਕਿ ਬੁੱਧਵਾਰ ਰਾਤ ਇਹ ਘਟਨਾ ਹੋਈ ਜਿਸ ਤੋਂ ਬਾਅਦ ਦੇ ਵਿੱਚ PG&E ਦੇ 3000 ਕਸਟਮਰਸ ਨੂੰ ਪਾਵਰ ਆਊਟੇਜ ਦਾ ਸਾਹਮਣਾ ਕਰਨਾ ਪਿਆ। ਐਲਮਡਿਨ ਐਕਸਪ੍ਰੈਸ ਵੇ ਤੇ ਰਾਤ 11:30 ਇਹ ਹਾਦਸਾ ਹੋਇਆ। ਉਹਨਾਂ ਨੇ ਇੱਥੇ ਇੱਕ 16 ਸਾਲ ਦਾ ਮੁੰਡਾ ਜੋ ਕਿ ਇੱਕ ਟਰੱਕ ਚਲਾ ਰਿਹਾ ਸੀ ਇੱਕ ਪਾਵਰ ਪੋਲ ਦੇ ਵਿੱਚ ਵੱਜਿਆ ਹੋਇਆ ਦੇਖਿਆ। ਪੁਲਿਸ ਨੇ ਦੱਸਿਆ ਕਿ ਉਸ ਟੀਨੇਜਰ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ ਅਤੇ ਉਸਨੂੰ ਹਾਸਪਿਟਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ। ਬਾਅਦ ਦੇ ਵਿੱਚ PG&E ਨੇ ਫਾਇਰ ਫਾਈਟਰਸ ਦੇ ਨਾਲ ਮਿਲ ਕੇ ਪਾਵਰ ਆਊਟੇਜ ਦੀ ਮੁਰੰਮਤ ਸ਼ੁਰੂ ਕਰ ਦਿੱਤੀ ਤੇ ਤਕਰੀਬਨ 5 ਘੰਟਿਆਂ ਬਾਅਦ ਬਿਜਲੀ ਘਰਾਂ ਦੇ ਵਿੱਚ ਬਹਾਲ ਕੀਤੀ ਗਈ। PG&E ਦੇ ਵਰਕਰਸ ਨੇ ਦੱਸਿਆ ਕਿ ਉਹਨਾਂ ਨੂੰ ਇਹ ਦੇਰ ਇਸ ਲਈ ਲੱਗ ਗਈ ਕਿਉਂਕਿ ਉਹਨਾਂ ਨੂੰ ਕੰਮ ਕਰਨ ਦੀ ਇਜਾਜ਼ਤ ਸਵੇਰੇ 4:45 ਦਿੱਤੀ ਗਈ।
ਇਸ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵੱਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਸ਼ੁੱਕਰਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 77 ਡਿਗਰੀ ਅਤੇ ਰਾਤ ਨੂੰ ਲੋਅ ਟੈਂਪਰੇਚਰ 54 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 10 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋਅ। ਸੈਕਰਾਮੈਂਟੋ ਦੇ ਵਿੱਚ 81 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋਅ। ਯੂਬਾ ਸਿਟੀ ਦੇ ਵਿੱਚ 80 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋਅ। ਸਟੋਕਟਨ ਦੇ ਵਿੱਚ 82 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋਅ। ਟ੍ਰੇਸੀ ਦੇ ਵਿੱਚ 83 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋਅ। ਮੋਡੈਸਟੋ ਦੇ ਵਿੱਚ 83 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋਅ। ਫਰੈਜ਼ਨੋ ਦੇ ਵਿੱਚ 85 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋਅ। ਬੇਕਰਸਫੀਲਡ ਦੇ ਵਿੱਚ 88 ਡਿਗਰੀ ਹਾਈ ਅਤੇ ਰਾਤ ਨੂੰ 58 ਡਿਗਰੀ ਲੋਅ। ਲੋਸ ਏਂਜਲਸ ਦੇ ਵਿੱਚ 90 ਡਿਗਰੀ ਹਾਈ ਅਤੇ ਰਾਤ ਨੂੰ 60 ਡਿਗਰੀ ਲੋਅ। ਟਰਕੀ ਦੇ ਵਿੱਚ 65 ਡਿਗਰੀ ਹਾਈ ਅਤੇ ਰਾਤ ਨੂੰ 34 ਡਿਗਰੀ ਲੋਅ। ਸਾਊਥ ਲੇਕ ਟਾਹੋ ਦੇ ਵਿੱਚ 67 ਡਿਗਰੀ ਹਾਈ ਅਤੇ ਰਾਤ ਨੂੰ 38 ਡਿਗਰੀ ਲੋਅ। ਪੋਰਟਲੈਂਡ ਓਰੇਗਨ ਦੇ ਵਿੱਚ 61 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋਅ। ਸਿਟਲ ਦੇ ਵਿੱਚ 58 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋਅ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 72 ਡਿਗਰੀ ਹਾਈ ਅਤੇ ਰਾਤ ਨੂੰ 41 ਡਿਗਰੀ ਲੋਅ। ਸੋਲਟ ਲੇਕ ਸਿਟੀ ਯੂਟਾ ਦੇ ਵਿੱਚ 71 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋਅ। ਕਾਗੋ ਦੇ ਵਿੱਚ 53 ਡਿਗਰੀ ਹਾਈ ਅਤੇ ਰਾਤ ਨੂੰ 40 ਡਿਗਰੀ ਲੋਅ। ਨਿਊਯਾਰਕ ਦੇ ਵਿੱਚ 74 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋਅ। ਕੈਨੇਡਾ ਟੋਰਾਂਟੋ ਦੇ ਵਿੱਚ 13 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 5 ਡਿਗਰੀ ਸੈਲਸੀਅਸ ਲੋਅ। ਵਿਨੀਪੈਗ ਦੇ ਵਿੱਚ 9 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 1 ਡਿਗਰੀ ਸੈਲਸੀਅਸ ਲੋਅ। ਕੈਲਗਰੀ ਦੇ ਵਿੱਚ 11 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -2 ਡਿਗਰੀ ਸੈਲਸੀਅਸ ਲੋਅ। ਵੈਨਕੂਵਰ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 8 ਡਿਗਰੀ ਸੈਲਸੀਅਸ ਲੋਅ। ਅੰਮ੍ਰਿਤਸਰ ਦੇ ਵਿੱਚ 33 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 16 ਡਿਗਰੀ ਸੈਲਸੀਅਸ ਲੋਅ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 16 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋਅ। ਯੂਕੇ ਦੇ ਵਿੱਚ 13 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋਅ। ਬਰਲਿਨ ਦੇ ਵਿੱਚ 9 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 4 ਡਿਗਰੀ ਸੈਲਸੀਅਸ ਲੋਅ ਅਤੇ ਫਰਾਂਸ ਪੈਰਿਸ ਦੇ ਵਿੱਚ 14 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 5 ਡਿਗਰੀ ਸੈਲਸੀਅਸ ਲੋਅ ਰਹੇਗਾ। ਇਹ ਸੀ ਮੌਸਮ ਦੀ ਜਾਣਕਾਰੀ। ਹੁਣ ਵੱਧਦੇ ਹਾਂ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਵੀਰਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 40 ਅੰਕਾਂ ਦੀ ਗਿਰਾਵਟ ਦੇ ਨਾਲ 18,162.35 ਤੇ ਬੰਦ ਹੋਇਆ। ਨੈਸਡੈਕ 4 ਅੰਕ ਦੀ ਗਿਰਾਵਟ ਦੇ ਨਾਲ 5,241.83 ਤੇ ਬੰਦ ਹੋਇਆ। S&P 2 ਅੰਕ ਦੀ ਗਿਰਾਵਟ ਦੇ ਨਾਲ 141.34 ਤੇ ਬੰਦ ਹੋਇਆ। ਵਿਲਸ਼ਾਇਰ 5000 40 ਅੰਕਾਂ ਦੀ ਗਿਰਾਵਟ ਦੇ ਨਾਲ 22,263.42 ਤੇ ਬੰਦ ਹੋਇਆ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਵੈਰਾਈਜ਼ਨ ਦਾ ਰਿਹਾ, ਜਿਸ ਦੀ ਕੀਮਤ 49.13 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ 1 US ਡਾਲਰ ਦੀ ਕੀਮਤ 66.85 ਰੁਪਏ, 1 Canadian dollar ਦੀ ਕੀਮਤ 50.48 ਰੁਪਏ, ਬ੍ਰਿਟਿਸ਼ ਪਾਊਂਡ ਦੀ ਕੀਮਤ 81.84 ਰੁਪਏ, 1 Australian dollar ਦੀ ਕੀਮਤ 50.96 ਰੁਪਏ, 1 Euro ਦੀ ਕੀਮਤ 72.92 ਰੁਪਏ, 1 Bahraini dinar ਦੀ ਕੀਮਤ 100.27 ਰੁਪਏ, 1 Kuwaiti dinar ਦੀ ਕੀਮਤ 220.86 ਰੁਪਏ। ਸੋਨੇ ਦਾ ਰੇਟ $1,263.38 ਪਰ ਔਂਸ ਰਿਹਾ ਅਤੇ ਚਾਂਦੀ $17.45 ਪਰ ਔਂਸ ਰਹੀ। ਇਸੇ ਦੇ ਨਾਲ ਖਬਰਾਂ ਦਾ ਅੱਜ ਦਾ ਇਹ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408-722-7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪੋਂਸਰਸ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।